ਵਰੋਲੇ ਦੀ ਜੂਨ ਨਵਲ ਦਾ ਬਾਈਨੋਂ ਚੈਪਟਰ ਅਗਸਤ ਦੇ ਆਖਰੀ ਦਿਨ ਸਨ ਦੀਪੇ ਦਾ ਜਹਾਜ਼ ਦਿੱਲੀ ਉਤਰਨ ਵਾਲਾ ਹੀ ਸੀ ਉਹ ਮਨੁਮਨਿਤ ਸਮੇਂ ਦੀ ਇਸ ਫਿਰਕੀ ਤੇ ਹੈਰਾਨ ਹੋ ਰਿਹਾ ਸੀ ਪਿਛਲੀ ਵਾਰ ਉਹ ਭਾਰਤ ਵਿਆਹ ਕਰਾਉਣ ਲਈ ਕਿੰਨੇ ਚਾਹ ਤੇ 우ਮਾਨ ਨਾਲ ਆਇਆ ਸੀ ਐਕ ਕਿ ਉਹਨੂੰ ਲੱਗ ਰਿਹਾ ਸੀ ਕਿ ਉਹ ਕੋਈ ਚੋਰ ਹੈ ਤੇ ਚੋਰੀ ਕਰਨ ਆਇਆ ਹੈ ਉਹਨੇ ਆਪਣੇ ਆਉਣ ਬਾਰੇ ਆਪਣੇ ਦੋਸਤ ਵੀਰੇ ਨੂੰ ਵੀ ਨਹੀਂ ਸੀ ਦੱਸਿਆ ਹਾਲਾਂਕਿ ਉਹਨੂੰ ਵੀਰੇ ਦੀ ਮਦਦ ਦੀ ਲੋੜ ਪੈ ਸਕਦੀ ਸੀ ਪਰ ਚੋਰੀ ਦੇ ਕੰਮ 'ਚ ਸੌਲਾ ਹੁੰਦਾ। ਮੋਤੀਪੁਰੀਏ ਵਿਆਹ ਦਾ ਭੇਦ ਗੁਪਤ ਰੱਖਣਾ ਚਾਹੁੰਦੇ ਸਨ। ਉਹ ਸਿਰਫ ਲਾਲੀ ਦਾ ਕਰਕੇ ਹੀ ਇਸ ਪੰਗੇ 'ਚ ਉਲਝਿਆ ਸੀ। ਉਹ ਤੇ ਲਾਲੀ ਜਿਸ ਭਾਰਤੀ ਵਕੀਲ ਕੋਲ ਤਲਾਕ ਲਈ ਗਏ ਸਨ, ਉਹਨੂੰ ਜਦੋਂ ਉਹਨਾਂ ਨੇ ਆਪਣੀ ਸਾਰੀ ਯੋਜਨਾ ਸੱਚੋ-ਸੱਚ ਦੱਸੀ, ਵਕੀਲ ਨੇ ਹੱਸਦਾ ਕਿਹਾ, "ਦੇਖਿਓ ਕਿਤੇ ਕਿਸੇ ਹੋਰ ਦਾ ਭਲਾ ਕਰਦੇ ਕਰਦੇ ਆਪਣੇ ਰਿਸ਼ਤੇ ਦੀ ਬਲੀ ਨੰਦੇ ਬੈਠੇ ਹੋ।" ਪਰ ਲਾਲੀ ਤਾਂ ਆਪਣੇ ਆਪਣੀ ਭੈਣ ਨੂੰ ਕੈਨੇਡਾ ਲਿਆਉਣ ਲਈ ਵਿਜ਼ਿਟ ਸੀ ਤੇ ਇਸ ਲਈ ਕੋਈ ਵੀ ਮੋਲ ਉਤਾਰਨ ਲਈ ਤਿਆਰ ਹੋਈ ਬੈਠੀ ਸੀ। ਉਹਨੇ 3 ਹਫਤਿਆਂ ਲਈ ਦੀਪੇ ਦਾ ਸਾਰਾ ਕਾਰੋਬਾਰ ਆਪ ਸੰਭਲਣ ਦੀ ਜ਼ਿੰਮੇਵਾਰੀ ਚੁੱਕ ਲਈ। ਆਉਣ ਵਾਲੇ 3 ਹਫਤਿਆਂ 'ਚ ਕੀ ਕੀ ਹੋਣਾ ਤੇ ਕੀ ਕੀ ਕਰਨਾ ਦੀਪੇ ਨੇ ਸਾਰਾ ਕੁਝ ਉਹਨੂੰ ਵਿਸਥਾਰ ਨਾਲ ਸਮਝਾ ਦਿੱਤਾ। ਲਾਲੀ ਨੂੰ ਆਪਣੇ ਡੈਡੀ ਦੇ ਸਾਥ ਦਾ ਵੀ ਕਾਫੀ ਹੌਸਲਾ ਸੀ। ਦਿੱਲੀ 에ਰਪੋਰਟ ਤੇ ਉਤਰ ਕੇ ਦੀਪੇ ਨੇ ਜਲੰਧਰ ਜਾਣ ਵਾਲੀ ਬੱਸ ਦੀ ਟਿਕਟ ਲੈ ਲਈ। ਜਦੋਂ ਉਸ બસ ਵਾਲ ਤੁਰਿਆ ਤਾਂ ਉਹਨੇ ਦੂਰੋਂ ਹੀ ਤਾੜ ਲਿਆ ਬਸ 'ਚ ਕਾਫੀ ਸਵਾਰੀਆਂ ਪਹਿਲਾਂ ਹੀ ਬੈਠੀਆਂ ਹੋਈਆਂ ਇੱਕ ਉੱਚਾ ਲੰਮਾ ਗੋਰਾ ਜਿਹਾ ਕਲੀਨ ਸ਼ੇਵਡ ਮੁੰਡਾ ਬਸ ਤੋਂ 20 ਫੁੱਟ ਦੂਰ ਖੜੋ ਕੇ ਸਿਗਰਟ ਪੀ ਰਿਹਾ ਸੀ ਉਹ ਨਾਲੋਂ ਨਾਲ ਉਹਨਾਂ ਬੰਦਿਆਂ ਨੂੰ ਹਦਾਇਤਾਂ ਵੀ ਦੇ ਰਿਹਾ ਸੀ ਜੋ ਬਸ ਤੇ ਹੀਠ ਬਣੇ ਹੋਈ ਰੱਖਣਿਆਂ ਜੋ ਸਮਾਨ ਟਿਕਾ ਇਸਨ ਉਹਨੂੰ ਪੰਜਾਬੀ ਬੋਲਦਾ ਸੁਣ ਕੇ ਦੀਪੇ ਨੂੰ ਉਹਦਾ ਸਿਗਰਟ ਪੀਣਾ ਬਹੁਤ ਬੁਰਾ ਲੱਗਿਆ ਦੀਪਾ ਵੀ ਆਪਣਾ ਸਮਾਨ ਰਖਵਾ ਕੇ ਹੱਥ ਵਾਲੇ ਛੋਟੇ ਬੈਗ ਸਣੇ ਬਸ 'ਚ ਜਾ ਬੈਠਾ ਕੁਝ ਚਿਰ ਬਾਅਦ ਉਹ ਹੀ ਮੁੰਡਾ ਉਹਦੀ ਬਗਲ ਵਾਲੀ ਸੀਟ ਤੇ ਆ ਬੈਠਾ ਦੀਪੇ ਨੂੰ ਉਸ ਮੁੰਡੇ ਕੋਲੋਂ ਅਜੀਬ ਜਿਹੀ ਦੁਰਗੰਧ ਆਈ ਉਸ ਲਈ ਇਹ ਦੁਰਗੰਧ ਕਾਫੀ ਜਾਣੇ ਪਛਾਣੀ ਸੀ ਇਹ ਮੈਰੂਆਨਾ ਦੀ ਬਦਬੂ ਸੀ ਜਿਹਨੂੰ ਭਾਰਤ ਵਿੱਚ ਭੰਗ ਕਿਹਾ ਜਾਂਦਾ ਹੈ ਕੈਨੇਡਾ 'ਚ ਲੋਕੀ ਜਦੋਂ ਭੰਗ ਵਾਲੀ ਸਿਗਰਟ ਪੀ ਕੇ ਵਿਚਰਦੇ ਆ ਉਹਨਾਂ ਕੋਲੋਂ ਅਕਸਰ ਹੀ ਇਹੋ ਜਿਹੀ ਬਦਬੂ ਆਉਂਦੀ ਹੈ ਦੀਪੇ ਦਾ ਜੀ ਕਿਤਾ ਉਹ ਸੀਟ ਬਦਲ ਲਵੇ ਪਰ ਟਿਕਟ ਤੇ ਸੀਟ ਨੰਬਰ ਲਿਖਿਆ ਹੋਣ ਕਰਕੇ ਸੀਟ ਬਦਲਣ ਲਈ ਕੰਡਕਟਰ ਨਾਲ ਗੱਲ ਕਰਨੀ ਪੈਣੀ ਸੀ ਬਰਬਰ ਵਾਲੀ ਸੀਟ ਤੇ ਇੱਕ ਗੁਰਸਿੱਖ ਬਜ਼ੁਰਗ ਔਰਤ ਬੈਠੀ ਸੀ ਉਹਨੇ ਵੀ ਚੁੰਨੀ ਨਾਲ ਆਪਣਾ ਨੱਕ ਟੱਕ ਲਿਆ ਤੇ ਉਸ ਮੁੰਡੇ ਵੱਲ ਬੜੀ ਕੌੜੀ ਜੀ ਨਿਗਾਹ ਨਾਲ ਦੇਖਿਆ ਉਹ ਮੁੰਡਾ ਕੁਛ ਚਿਰ ਚੁੱਪ ਰਿਹਾ ਫਿਰ ਦੀਪੇ ਵੱਲ ਮੂੰਹ ਕਰਕੇ ਕਹਿਣ ਲੱਗਾ ਭਾਤ ਤੂੰ ਕਿੱਥੋਂ ਆਇਆ ਕੈਨੇਡਾ ਤੋਂ ਦੀਪੇ ਨੇ ਸੰਖੇਪ ਜਿਹਾ ਜਵਾਬ ਦਿੱਤਾ ਅੱਛਾ ਜਹਾਜ਼ 'ਚ ਤਾਂ ਦੇਖਿਆ ਨਹੀਂ ਤੈਨੂੰ ਮੈਂ ਵੀ ਕੈਨੇਡਾ ਤੋਂ ਹੀ ਆਇਆ ਮੁੰਡੇ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਤੁਸੀਂ ਕਿਹੜੀ ਫਲਾਈਟ 'ਚ ਆਏ ਆਂ ਦੀਪੇ ਨੇ ਪੁੱਛਿਆ ਉਹੀ 에ਅਰ ਇੰਡੀਆ ਵਾਲੀ ਜਿਹੜੀ ਟ੍ਰਾਂਟੋ ਤੋਂ ਸਿੱਧੀ ਆਉਂਦੀ ਏ ਮੁੰਡੇ ਨੇ ਲਾਪਰਵਾਹੀ ਜਿਹੀ ਨਾਲ ਦੱਸਿਆ ਠੀਕ ਪਰ ਮੈਂ ਤਾਂ ਚਾਇਨਾ 에ਅਰਲਾਈਨਸ 'ਚ ਆਇਆ ਨਾਲੇ ਮੈਂ ਟ੍ਰਾਂਟੋ ਤੋਂ ਨਹੀਂ ਵੈਨਕੂਵਰੋਂ ਆਇਆ ਦੀਪੇ ਨੇ ਉਹਦਾ ਸੰਸਾ ਦੂਰ ਕੀਤਾ ਤਾਈਓ ਤਾਈਓ ਮੈਂ ਅੱਗੇ ਕਹਾ ਵੀ ਇਸ ਭਾਰ ਨੂੰ ਫਲੈਟ 'ਚ ਤਾਂ ਦੇਖਿਆ ਨਹੀਂ ਕਿਤੇ ਕੀ ਨਾਂ ਆਪਣਾ ਪਹਾ ਮੁੰਡੇ ਨੇ ਗੱਲ ਅੱਗੇ ਤੋਰੀ ਹਰਦੀਪ ਸਿੰਘ ਦੀਪੇ ਨੇ ਫਿਰ ਮੁਕਤਸਰ ਜਿਹਾ ਜਵਾਬ ਦਿੱਤਾ ਠੀਕ ਆ ਮੇਰਾ ਨਾਮ ਮੁਕੰਦ ਸਿੰਘ ਆ ਪਿੰਡ ਵਾਲੇ ਯਾਰ ਬੇਲੀ ਮੁਕੰਦਾ ਕਹਿੰਦੇ ਹੁੰਦੇ ਸੀ ਤੇ ਕੈਨੇਡਾ ਵਾਲੇ ਮਾਈਕ ਮੈਂ ਟ੍ਰਾਂਟੋ ਤੋਂ ਆਇਆ ਉਸ ਮੁੰਡੇ ਨੇ ਆਪੇ ਹੀ ਆਪਣੀ ਜਾਣ ਪਛਾਣ ਕਰਾਉਂਦੇ ਆ ਕਿਹਾ ਜੀ ਭਾ ਆਪਣਾ ਪਿੰਡ ਕਿਹੜਾ ਮਾਧੋਵਾਲ ਹੈ ਜਲੰਧਰ ਨੇੜੇ ਉਹ ਬੋਲੇ ਫਿਰ ਤਾਂ ਆਪਾਂ ਗਵਾਂਢੀ ਨਿਕਲੇ ਮੇਰਾ ਉਦੋਵਾਲ ਹੈ ਮੁੰਡੇ ਨੇ ਹੱਥੇ ਹੱਥ ਮਾਰ ਕੇ ਕਿਹਾ ਉਦੋਵਾਲ ਸੁਣ ਕੇ ਦੀਪੇ ਅੰਦਰ ਉਸ ਮੁੰਡੇ ਬਾਰੇ ਹੋਰ ਜਾਣਨ ਦੀ ਤਾਂਗ ਜਾਗ ਪਈ ਉਦੋ ਵਾਲ ਅਸਲ ਚ ਮਾਧੋਵਾਲ ਤੋਂ 3 ਕਿਲੋਮੀਟਰ ਹਟਵਾ ਪਿੰਡ ਸੀ ਨਿੱਕੇ ਹੁੰਦੇ ਆਂ ਦੀਪੇ ਨੇ ਸਿਆਣਿਆਂ ਕੋਲੋਂ ਸੁਣਿਆ ਸੀ ਕਿ ਮਾਧੋ ਤੇ ਉਦੋ ਨਾਂ ਦੇ ਬੰਦੇ ਦੋ ਭਰਾ ਸਨ ਦੋਵੇਂ ਅਕਬਰ ਬਾਦਸ਼ਾਹ ਦੀ ਫੌਜ ਚ ਵੱਡੇ ਯੋਧੇ ਸਨ ਤੇ ਉਹਨਾਂ ਨੇ ਕਈਆਂ ਲੜਾਈਆਂ ਚ ਬਹੁਤ ਬਹਾਦਰੀ ਵਿਖਾਈ ਜਿਹਦੀ ਇਹ ਵਾਰ ਵਿੱਚ ਅਕਬਰ ਨੇ ਉਹਨਾਂ ਨੂੰ ਜ਼ਗੀਰਾਂ ਬਖਸ਼ੀਆਂ ਉਹਨਾਂ ਨੇ ਆਪੋ ਆਪਣੀਆਂ ਜ਼ਗੀਰਾਂ ਚ ਪਿੰਡ ਵਸਾਏ ਜਿਹੜੇ ਉਹਨਾਂ ਦੇ ਨਾਵਾਂ ਨਾਲ ਹੀ ਜਾਣੇ ਗਏ ਹਾਂਜੀ ਆਪਾਂ ਤਾਂ ਸੱਚੀ ਗਵੰਡੀ ਨਿਕਲੇ ਕਿੰਨੇ ਚਿਰ ਲਈ ਛੁੱਟੀ ਜਾ ਰਹੇ ਹੋ ਪਿੰਡ ਅਕੀ ਦੀਪੇ ਨੇ ਸਵਾਲ ਕੀਤਾ ਭਾ ਆਪਾਂ ਤਾਂ ਕੈਨੇਡਾ ਨੂੰ ਪੱਕੀ ਬਾਏ ਬਾਏ ਕਹਿ ਆਇਆ ਕਈ ਪਾਪੜ ਵੇਲ ਭੁੱਲ ਕੇ ਦੇਖੇ ਕਿਤੇ ਸੁੱਤ ਜਿਆ ਨਹੀਂ ਆਇਆ ਮੁਕੰਦ ਸਿੰਘ ਨੇ ਚਿਹਰੇ ਤੇ ਨਿਰਾਸ਼ਾ ਲਿਆਉਂਦੇ ਆ ਕਿਹਾ ਕੀ ਗੱਲ ਹੋ ਗਈ ਕਾਫੀ ਨਿਰਾਸ਼ ਲੱਗਦੇ ਹੁੰਦੀਪੇ ਨੇ ਹੈਰਾਨੀ ਨਾਲ ਸਵਾਲ ਕੀਤਾ ਉਹ ਭਾ ਗੱਲ ਹੈਗੀ ਇਦਾਂ ਪਈ ਚੱਲ ਮੈਂ ਤੈਨੂੰ ਮੁੱਢ ਤੋਂ ਹੀ ਦੱਸਦਾ ਮੇਰਾ ਬਾਪੂ ਇਲਾਕੇ ਦਾ ਪੂਰਾ ਮੰਨਿਆ ਦੰਨਿਆ ਬੰਦਾ ਉਦੋਂ ਉਹ ਪਿੰਡ ਦਾ ਸਰਪੰਚ ਹੁੰਦਾ ਸੀ ਬਾਅਦ ਚ ਤਾਂ ਚੇਅਰਮੈਨ ਵੀ ਬਣ ਗਿਆ ਆਪਣਾ ਕੰਮ ਪਹਿਲਾਂ ਤੋਂ ਇਦਾਂ ਦਾ ਰਿਹਾ ਹੈ ਵੀ ਨਾ ਲੱਥੀ ਦੀ ਨਾ ਚੜੀ ਦੀ ਕੱਖ ਭਨ ਕੇ ਦੋਰਾ ਨਹੀਂ ਕਰਨਾ ਬਸ ਮੁੰਡਿਆਂ ਖੁੰਡਿਆਂ ਨਾਲ ਰਲ ਕੇ ਕਰਤੂਤਾਂ ਖਲਾਰ ਛੱਡਣੀਆਂ ਐਵੇਂ ਲੋਕਾਂ ਨਾਲ ਇਟਖੜ ਕੇ ਲੰਦੇ ਫਿਰਨਾ ਬਾਪੂ ਖੇਡਦਾ ਰਹਿੰਦਾ ਸੀ ਵੀ ਇਹ ਮੁੰਡਿਆਂ ਨਾਲ ਰਲ ਕੇ ਨਸ਼ੇ ਕਰਦਾ ਹੈ ਇਹ ਨਹੀਂ ਇੱਥੇ ਨਹੀਂ ਸੁਧਰਨਾ ਇਹਨੂੰ ਕਿਤੇ ਬਾਹਰ ਹੀ ਭੇਜਣਾ ਪੈਣਾ ਬਸ ਫੇਰ ਭੇਜ ਕੇ ਹੀ ਹਟਿਆ ਕਿ ਮੈਂ ਵਰਕ ਪਰਮਿਟ ਤੇ ਗਿਆ ਸੀ ਇੱਕ ਸਾਲ ਮੜਾ ਮੁਟਾ ਕੰਮ ਕੀਤਾ ਫਿਰ ਮੇਰੇ ਸੱਟ ਲੱਗ ਗਈ। ਡੇਢ ਸਾਲ ਮੈਨੂੰ ਗਵਰਨਮੈਂਟ ਪੈਸੇ ਦਿੰਦੀ ਰਹੀ। ਉਦੋਂ ਬਾਅਦ ਡੇਢ ਸਾਲ ਮੈਂ ਅਮਰੀਕਾ ਤੋਂ ਆਪਣੇ ਮਾਮੇ ਦੇ ਮੁੰਡੇ ਕੋਲੋਂ ਪੈਸੇ ਮੰਗਾ ਕੇ ਕੱਢਿਆ। ਹੁਣ ਪਹਿਲਾਂ ਹੀ ਕਿਸੇ ਪਾਸੇ ਸੂਤ ਜਿਆ ਨਹੀਂ ਆ ਰਿਆ ਸੀ। ਕਿ ਉਪਰੋਂ ਬੇਬੇ ਬਿਮਾਰ ਹੋ ਗਈ। ਬਾਪੂ ਕਹਿੰਦਾ ਤੈਨੂੰ ਬਹੁਤ ਚੇਤੇ ਕਰਦੀ ਐ। ਮੈਂ ਕਿਹਾ ਚੱਲ ਮਨਾ। ਪੱਜ ਲੱਗ ਗਿਆ। ਪਿੰਡ ਹੀ ਚੱਲਦੇ ਆ। ਉਦੋਂ ਕੈਨੇਡਾ ਮੁਲਕ ਉਦਾਂ ਕੈਨੇਡਾ ਮੁਲਕ ਹੈ ਵਧੀਆ। ਆਉਣਾ ਤਾਂ ਆਪਾਂ ਕੈਨੇਡਾ ਹੀ ਆ। ਹਰ ਅਗਲੀ ਵਾਰ ਵਿਆਹ ਕਰਾ ਕੇ ਪੱਕੇ ਹੀ ਆਵਾਂਗੇ ਕੱਚੇ ਬੰਦੇ ਦੀ ਕੋਈ ਜੂਨ ਥੋੜਾ ਆ ਮੁਕੰਦ ਸਿੰਘ ਨੇ ਨਸ਼ੇ ਦੀ ਲੋਰ ਚ ਆਪਣੇ ਬਾਰੇ ਕਾਫੀ ਕੁਝ ਦੱਸ ਦਿੱਤਾ ਨਾ ਉੱਥੇ ਕੋ ਕੁੜੀ ਨਹੀਂ ਲੱਭੀ ਵਿਆਹ ਲਈ ਦੀਪੇ ਨੇ ਹੱਸਦੇ ਮ ਬਚਿਆ ਉਹ ਹਰਦੀਪੇ ਭਾ ਜਿਹੋ ਜੀ ਮੈਂ ਭਾਲਦਾ ਸੀ ਉਹੋ ਜੀ ਨਹੀਂ ਲੱਭੀ ਉਦਾਂ ਤਾਂ ਸਹੇਲੀਆਂ ਵਾਧੂ ਸੀ ਆਪਣੇ ਕੋਲ ਸਹੇਲੀਆਂ ਸੀ ਤੇ ਕੁੜੀ ਨਹੀਂ ਲੱਭੀ ਮੈਂ ਸਮਝਿਆ ਨਹੀਂ ਦੀਪਾ ਸੱਚੀ ਹੈਰਾਨ ਸੀ ਉਹ ਸਮਝਿਆ ਕਰੋ ਬਾਦਸ਼ਾਹ ਮੈਂ ਕੋਈ ਛੁੱਟੜ ਜਨਾਨੀ ਭਾਲਦਾ ਸੀ ਜਾਂ ਫਿਰ ਇਹੋ ਜੀ ਔਰਤ ਜੋ ਆਪਣਾ ਪਹਿਲਾ ਵਿਆਹ ਤੋੜ ਕੇ ਮੇਰੇ ਨਾਲ ਵਿਆਹ ਕਰਾ ਲਵੇ ਉਦਾਂ ਵਿਆਇਆਂ ਹੋਈਆਂ ਤਾਂ ਕਈ ਲੱਭ ਗਈਆਂ ਪਰ ਕੋਈ ਆਪਣਾ ਵਿਆਹ ਤੋੜ ਕੇ ਮੇਰੇ ਨਾਲ ਲਾਵਾਂ ਲੈਣ ਲਈ ਤਿਆਰ ਨਹੀਂ ਹੋਈ ਇੱਕ ਸੀ ਜੋ ਮੰਨ ਕੇ ਫਿਰ ਮੁੱਕਰ ਗਈ ਮੁਕੰਦ ਨੇ ਸੂਤ ਹੋ ਕੇ ਬੈੰਨੇ ਆਈ ਭੇਤ ਖੋਲਿਆ ਹੱਦ ਹੋ ਗਈ ਤੁਸੀਂ ਕੁਆਰੀ ਦੀ ਥਾਂ ਤਲਾਕ ਵਾਲੀ ਨਾਲ ਵਿਆਹ ਕਿਉਂ ਕਰਾਉਣਾ ਸੀ ਦੀਪਾ ਉਹਦੀ ਪਾਈ ਬੁਝਾਰਤ ਵਿੱਚ ਉਲਝ ਕੇ ਰਹਿ ਗਿਆ ਉਹ ਪਾ ਤਲਾਕ ਵਾਲੀਆਂ ਕੋਲ 4 ਪੈਸੇ ਹੁੰਦੇ ਆ ਪਹਿਲੇ ਘਰ ਵਾਲੇ ਦੀ ਅੱਧ ਤੋਂ ਜ਼ਿਆਦਾ ਜਾਇਦਾਦ ਵੰਡਾ ਕੇ ਲਿਉਣੀ ਹੈ ਅਗਲੀਆਂ ਮੁਕੰਦ ਨੇ ਢੁੰਡੀ ਖੋਲੀ ਦੀਪੇ ਨੇ ਉਸ ਵੱਲ ਬਹੁਤ ਹੀ ਅਜੀਬ ਨਜ਼ਰਾਂ ਨਾਲ ਦੇਖਿਆ ਉਹਨੂੰ ਲੱਗਿਆ ਇਹ ਨਿਕੰਮਾ ਤੇ ਨਸ਼ਈ ਬੰਦਾ ਵਿਆਹ ਸਿਰਫ ਇਸ ਕਰਕੇ ਕਰਾਉਣਾ ਚਾਹੁੰਦਾ ਹੈ ਕਿ ਸਾਰਾ ਕੁਝ ਬੜਿਆਂ ਬੜਾਇਆ ਮਿਲ ਜਾਏ ਤੇ ਕੋਈ ਕੰਮ ਨਾ ਕਰਨਾ ਪਰ ਤੁਸੀਂ ਵਿਆਹੀਆਂ ਔਰਤਾਂ ਨਾਲ ਸਬੰਧ ਬਣਾਏ ਕਿਦਾਂ ਉਹਨਾਂ ਦੇ ਘਰ ਵਾਲੇ ਹੁੰਦੇ ਬਾਲ ਬੱਚੇ ਹੁੰਦੇ ਦੀਪ ਨੇ ਕੁਝ ਸੋਚਦੇ ਹਾਂ ਸਵਾਲ ਕੀਤਾ ਉਹ ਭਾਜੀ ਕੈਨੇਡਾ 'ਚ ਆਪਣੇ ਲੋਕਾਂ ਦੀ ਤਾਂ ਕੰਮ ਨੇ ਮੱਤ ਮਾਰੀ ਪਈ ਆ ਆਪਣੀਆਂ ਹੀ ਤੀਵੀਆਂ ਲਈ ਟਾਈਮ ਹੈ ਨਹੀਂ ਲੋਕਾਂ ਕੋਲ ਦੋ ਦੋ ਸ਼ਿਫਟਾਂ 'ਚ ਕੰਮ ਕਰਨ ਵਾਲਿਆਂ ਨੂੰ ਕੀ ਪਤਾ ਵੀ ਘਰ ਕੋਈ ਹੋਰ ਹੀ ਸ਼ਿਫਟ ਲਾਈ ਜਾਂਦਾ ਮੁਕੰਦ ਨੇ ਦੀਪੇ ਵੱਲ ਦੇਖਦੀ ਅੱਖ ਦੱਬ ਕੇ ਕਿਹਾ ਦੀਪੇ ਨੂੰ ਉਹਦੇ ਇਸ ਜਵਾਬ ਤੋਂ ਬੜੀ ਕਚਿਆਂ ਜੀ ਆਈ ਉਹ ਥੋੜਾ ਖਿਜ ਕੇ ਕਹਿਣ ਲੱਗਿਆ ਮੈਂ ਨਹੀਂ ਮੰਨਦਾ ਕਿਹੜੀ ਕਮਲੀ ਜਨਾਨੀ ਘਰ ਵਾਲੇ ਦੇ ਹੁੰਦੇ ਆਂ ਸੁਣਦੇ ਆਂ ਬਾਹਰਲੇ ਮਰਦ ਨਾਲ ਖੇ ਖਾਓ ਚਲੋ ਹੋ ਕੋਈ ਸੋਚੋ ਇੱਕ ਅੱਧੀ ਉਹ ਭਾਹ ਕਿਹੜੀ ਦੁਨੀਆ ਚ ਰਹਿਣਾ ਤੂੰ ਲਾਈਨਾਂ ਲੱਗੀਆਂ ਪਈਆਂ ਲਾਈਨਾਂ ਉਦਾਂ ਇੱਕ ਗੱਲ ਆ ਭਈ ਇਧਰ ਪੰਜਾਬ ਵਾਂਗੂ ਗੱਲ ਬਹੁਤੀ ਉੜਦੀ ਨਹੀਂ ਚੁੱਪਚੀ ਬਿਤੇ ਬਥੇਰਾ ਕੋਈ ਚੱਲੀ ਜਾਂਦਾ ਮੈਂ 4 ਸਾਲ ਹੀ ਰਿਹਾ ਬਰਮਟਨ ਪੰਜ ਪੰਜਾਂ ਛਿਆਂ ਨਾਲ ਦਾ ਮੇਰਾ ਚੱਕਰ ਰਿਹਾ ਕੋਲੋਂ ਪੈਸੇ ਵੀ ਖਰਚਦਿਆਂ ਨੇ ਨਾਲੇ ਅੱਖ ਦਬਦਿਆਂ ਮੁਕੰਦ ਨੇ ਚਿਹਰੇ ਤੇ ਕਮੀਨੀ ਮੁਸਕੜੀ ਲਿਆ ਕੇ ਫਿਰ ਗੱਲ ਅਧੂਰੀ ਛੱਡਦੇ ਮੁਕੰਦ ਦੀਆਂ ਗੱਲਾਂ ਸੁਣ ਕੇ ਦੀਪੇ ਅੰਦਰ ਜਿਵੇਂ ਕੁਝ ਰਿੱਝਣ ਲੱਗ ਪਿਆ। ਇਹਦੇ باوجود ਉਹ ਇਸ ਬੰਦੇ ਬਾਰੇ ਹੋਰ ਜਾਨਣਾ ਚਾਹੁੰਦਾ ਸੀ। ਉਹਨੇ ਅਗਲਾ ਸਵਾਲ ਕਰਦਿਆਂ ਕਿਹਾ ਤੁਸੀਂ ਕਹਿੰਦੇ ਸੀ ਇੱਕ ਔਰਤ ਤੁਹਾਡੇ ਨਾਲ ਵਿਆਹ ਕਰਾਉਣ ਦਾ ਕਾਲ ਕਰਕੇ ਮੁਕਰ ਗਈ ਉਹ ਕਿਉਂ ਮੁਕਰੀ? ਉਹ ਉਹ ਇੱਕ ਵਾਰ ਕਿਸੇ ਗੱਲ ਤੋਂ ਮੇਰੇ ਨਾਲ ਬਹਿਸ ਪਈ ਤੇ ਮੇਰੇ ਕੋਲ ਉਹਦੇ ਕੰਨਾਂ ਤੇ ਇੱਕ ਲੱਗੀ। ਮੁਕੰਦ ਨੇ ਬੇਸ਼ਰਮੀ ਨਾਲ ਦੱਸਿਆ। ਹੈ? ਤੁਸੀਂ ਕਿਸੇ ਔਰਤ ਤੇ ਹੱਥ ਚੁੱਕਿਆ? ਇਹ ਤਾਂ ਨਾ ਮਰਦਾਂ ਵਾਲਾ ਕੰਮ ਹੈ। ਤੁਹਾਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ ਦੀਪੇ ਨੇ ਅੰਦਰ ਲਿਖੇ ਜਿ ਲੁਕਾਉਂਦੇ ਆ ਕਿਆ ਉਹ ਹਰਦੀਪਾ ਹੁਣ ਜੇ ਕੋਈ ਆਵੇਂ ਤੁਹਾਨੂੰ ਗੁੱਸਾ ਚੜਾਈ ਜਾਵੇ ਤਾਂ ਹੱਥ ਚੁੱਕਿਆ ਹੀ ਜਾਂਦਾ ਨਾਲੇ ਇਹਨਾਂ ਜਨਾਨੀਆਂ ਦੀ ਲਤਰੋ ਗਿੱਠ ਲੰਮੀ ਹੁੰਦੀ ਹੈ ਕਦੀ ਕਦੀ ਇਹਨਾਂ ਦੀ ਗਿੱਚੀ ਚ ਦੋ ਠੁਕਦੀਆਂ ਰਹਿਣ ਫੇਰ ਹੀ ਸੂਤ ਰਹਿੰਦੀਆਂ ਮੁਕੰਦ ਨੇ ਦੱਕੀਆਂ ਨੋਸੀ ਫਿਲਾਸਫੀ ਕੋਟੀ ਕੁਛਿਰ ਚਪਰੇਣ ਮਗਰੋਂ ਦੀਪਾ ਕਹਿਣ ਲੱਗਾ ਹੁਣ ਜਦੋਂ ਤੁਸੀਂ ਵਿਆਹੀ ਔਰਤ ਨਾਲ ਵਿਆਹ ਕਰਾਉਣ ਨੂੰ ਤਿਆਰ ਹੋ ਪਰ ਜੀ ਉਹਦੇ ਬਾਲ ਬੱਚੇ ਹੁਣ ਫੇਰ ਫਿਰ ਤਾਂ ਹੋਰ ਵੀ ਵਧੀਆ ਕੈਨੇਡਾ ਚ 18 ਸਾਲ ਦੇ ਹੁਣ ਤੱਕ ਬੱਚਿਆਂ ਨੂੰ ਪੈਸੇ ਮਿਲਦੇ ਰਹਿੰਦੇ ਉੱਪਰੋਂ ਪਹਿਲੇ ਘਰ ਵਾਲੇ ਪਹਿਲੇ ਘਰ ਵਾਲੇ ਕੋਲੋਂ ਉਹਨਾਂ ਦਾ ਖਰਚਾ ਵੱਖਰਾ ਮਿਲਦਾ ਨਾਲੇ ਬੱਚੇ ਤਾਂ ਮੈਂ ਮੁਕੰਦ ਕੁਝ ਕਹਿੰਦਾ ਕਹਿੰਦਾ ਤਰਭ ਕੇ ਚੁੱਪ ਕਰ ਗਿਆ ਜੋ ਕੁਝ ਉਹਨੇ ਕਿਹਾ ਸੀ ਉਹ ਸੁਣ ਕੇ ਦੀਪੇ ਦਾ ਜੀ ਕਰਦਾ ਸੀ ਉਹ ਇਸ ਕਮੀਨੇ ਬੰਦੇ ਦਾ ਮੂੰਹ ਬੰਦ ਦੇਵੇ ਪਰ ਉਹ ਆਪਣਾ ਗੁੱਸਾ ਪੀ ਗਿਆ ਇਸ ਪਿਛੋਂ ਦੋਵੇਂ ਚੁੱਪ ਕਰ ਗਏ ਮੁਕੰਦ ਸੋਚ ਰਿਹਾ ਸੀ ਕਿ ਉਹਦੇ ਮੂੰਹ ਸੱਚ ਨਿਕਲਦਾ ਨਿਕਲਦਾ ਰਹਿ ਗਿਆ। ਉਹ ਇੱਕੋਪਰੇ ਬੰਦੇ ਅੱਗੇ ਉਹ ਰਾਜ਼ ਖੋਲ ਦੇਣ ਲੱਗਾ ਸੀ ਜੋ ਉਹਨੇ ਅੱਜ ਤੱਕ ਆਪਣੇ ਮਾਂ-ਬਾਪ ਨੂੰ ਵੀ ਨਹੀਂ ਸੀ ਦੱਸਿਆ। ਦਰਅਸਲ ਗੱਲ ਇਹ ਸੀ ਕਿ ਨਸ਼ੇ ਜ਼ਿਆਦਾ ਕਰਨ ਦੀ ਵਜ੍ਹਾ ਨਾਲ ਉਹ ਬੱਚਾ ਪੈਦਾ ਕਰਨ ਦੀ ਤਾਕਤ ਗਵਾ ਚੁੱਕਾ ਸੀ। ਬੇਸ਼ੱਕ ਉਹ ਔਰਤ ਨਾਲ ਸੰਭੋਗ ਕਰ ਸਕਦਾ ਸੀ ਪਰ ਨਸ਼ਿਆਂ ਨੇ ਉਹਦਾ ਸਪਰਮ ਕਾਊਂਟ ਇਨਾ ਘਟਾ ਦਿੱਤਾ ਸੀ ਕਿ ਹੁਣ ਉਹ ਬਾਪ ਬਣਨ ਦੇ ਕਾਬਿਲ ਨਹੀਂ ਸੀ ਰਿਹਾ। ਭਾਰਤ ਛੱਡਣ ਤੋਂ ਪਹਿਲਾਂ ਉਹਨੂੰ ਇਹ ਗੱਲ ਇੱਕ ਡਾਕਟਰ ਨੇ ਦੱਸੀ ਸੀ। ਤੇ ਦੂਜੇ ਪਾਸੇ ਦੀਪਾ ਅੰਦਰੋਂ-ਅੰਦਰੀ ਮੁਕੰਨ ਦੇ ਕਿਰਦਾਰ ਤੁਖ ਜਿਆ ਪਿਆ ਸੀ ਕਿਹੋ ਜੀ ਘਟੀਆ ਸੋਚ ਵਾਲੇ ਲੋਕ ਦੁਨੀਆ 'ਚ ਤੁਰੇ-ਫਿਰਦੇ ਨੇ ਪਤਾ ਨਹੀਂ ਕਿਹੜੀ ਬਦਨਸੀਬ ਔਰਤ ਹੋਏਗੀ ਜੋ ਇਹਦੀ ਪਤਨੀ ਬਣੇਗੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਸ਼ਖਸ ਸੋਨਾ-ਸੁਨੱਖਾ ਹੋਣ ਕਰਕੇ ਔਰਤਾਂ ਵੱਲ ਖਿੱਚੀਆਂ ਜਾਂਦੀਆਂ ਔਰਤਾਂ ਇਸ ਵੱਲ ਖਿੱਚੀਆਂ ਜਾਂਦੀਆਂ ਹੋਣਗੀਆਂ ਤੇ ਬਾਅਦ 'ਚ ਇਹਦੇ ਸੁਭਾਅ ਦੀ ਅਸਲੀਅਤ ਜਾਣ ਕੇ ਛੱਡ ਦਿੰਦੀਆਂ ਹੋਣਗੀਆਂ ਅਚਾਨਕ ਹੀ ਖੁਦ ਕੇ ਨਾਲ ਬੱਸ ਰੁਕੀ ਤੇ ਦੀਪਾ ਆਪਣੀਆਂ ਸੋਚਾਂ ਚੋਂ ਬਾਹਰ ਆਇਆ। ਉਹਨੇ ਦੇਖਿਆ ਉਹ ਰਾਜਪੁਰੇ ਪਹੁੰਚ ਚੁੱਕੇ ਸਨ। ਕੰਡਕਟਰ ਨੇ ਐਲਾਨ ਕੀਤਾ ਕਿ ਬੱਸ 40 ਮਿੰਟ ਇੱਥੇ ਰੁਕੇਗੀ। ਕਿਸੇ ਨੇ ਕੁਝ ਖਾਣਾ ਪੀਣਾ ਹੋਵੇ ਤਾਂ ਖਾ ਪੀ ਸਕਦਾ ਹੈ। ਦੀਪੇ ਨੇ ਹੋਟਲ 'ਚ ਜਾ ਕੇ ਆਪਣੇ ਵਾਸਤੇ ਰੋਟੀ ਆਰਡਰ ਕਰ ਦਿੱਤੀ। ਉਹਨੇ ਦੇਖਿਆ ਕਿ ਮੁਕੰਦ ਕਿਨਾਂ ਚੇਰ ਹੋਟਲ ਦੇ ਇੱਕ ਬਹਿਰੇ ਨਾਲ ਕੁਸਰਮਸਰ ਕਰਦਾ ਰਿਹਾ ਤੇ ਫਿਰ ਅਚਾਨਕ ਇਤੇ ਗਾਇਬ ਹੋ ਗਿਆ। ਦਸਾ ਮਿੰਟਾਂ ਬਾਅਦ ਰੋਟੀ ਆ ਗਈ ਦੀਪੇ ਦੇ ਅੱਗੇ ਨਾਲ ਸਾਹਮਣੇ ਮੇਜ਼ ਤੇ ਅੰਮ੍ਰਿਤ ਧਾਰੀ ਔਰਤ ਬੈਠੀ ਸੀ। ਉਹਦੇ ਸਾਹਮਣੇ ਖਾਣਾ ਪਰੋਸਿਆ ਪਿਆ ਸੀ ਪਰ ਉਹ ਖਾਣ ਦੀ ਬਜਾਈ ਹੱਥ ਜੋੜ ਕੇ ਮੂੰਹ 'ਚ ਕੁਝ ਪੜ ਰਹੀ ਸੀ ਦੀਪੇ ਨੇ ਪਹਿਲਾਂ ਵੀ ਬਹੁਤ ਲੋਕ ਭੋਜਨ ਖਾਣ ਤੋਂ ਪਹਿਲਾਂ ਇਦਾਂ ਹੱਥ ਜੋੜ ਕੇ ਮੂੰਹ 'ਚ ਕੁਝ ਧਿਆਉਂਦੇ ਵੇਖੇ ਸਨ ਉਹਦੇ ਤੋਂ ਰਹਿ ਨਾ ਹੋਇਆ ਤੇ ਜਿਉਂ ਹੀ ਉਸ ਔਰਤ ਨੇ ਅੱਖਾਂ ਖੋਲ੍ਹੀਆਂ ਦੀਪੇ ਨੇ ਪੁੱਛ ਲਿਆ ਆਂਟੀ ਤੁਸੀਂ ਕੋਈ ਮੰਤਰ ਪੜ ਰਹੀ ਸੀ ਇਹ ਸੁਣ ਕੇ ਔਰਤ ਮੁਸਕਰਾਈ ਕਹਿਣ ਲੱਗੀ ਨਹੀਂ ਬੇਟਾ ਕੋਈ ਮੰਤਰ ਸ਼ੰਤਰ ਨਹੀਂ ਸਿਰਫ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੀ ਸੀ ਜਿਨੇ ਭੋਜਨ ਬਖਸ਼ਿਆ ਨਾਲ ਹੀ ਪਰਮਾਤਮਾ ਅੱਗੇ ਅਰਦਾਸ ਕਰ ਰਹੀ ਸੀ ਕਿ ਉਹ ਇਸ ਭੋਜਨ ਨੂੰ ਪਵਿੱਤਰ ਕਰੇ ਇਹਦਾ ਕੀ ਭਾਵ ਹੈ ਆਂਟੀ ਤੁਹਾਡਾ ਮਤਲਬ ਇਹ ਭੋਜਨ ਠੀਕ ਨਹੀਂ ਹੈ ਨਹੀਂ ਬੇਟਾ ਅਸਲ 'ਚ ਗੱਲ ਇਹ ਹੈ ਇਹ ਭੋਜਨ ਤਿਆਰ ਹੋਣ ਤੋਂ ਮੇਰੇ ਟੇਬਲ ਤੇ ਪਹੁੰਚਣ ਤੱਕ ਪਤਾ ਨਹੀਂ ਕਿੰਨੀਆਂ ਦੁਸ਼ਪਰਭਾਵੀ ਤਰੰਗਾਂ ਗ੍ਰਹਿਣ ਕਰਕੇ ਆਇਆ ਹੋ ਪਰਮਾਤਮਾ ਦਾ ਨਾਮ ਉਹਨਾਂ ਸਾਰੀਆਂ ਦੁਸ਼ਪਰਭਾਵੀ ਤਰੰਗਾਂ ਦਾ ਪ੍ਰਭਾਵ ਖਤਮ ਕਰਕੇ ਭੋਜਨ ਨੂੰ ਖਾਣ ਯੋਗ ਕਰ ਦਿੰਦਾ ਹੈ ਆਂਟੀ ਨੇ ਕਿਹਾ ਮੈਂ ਸਮਝਿਆ ਨਹੀਂ ਆਂਟੀ ਇਹਤੇ ਭੋਜਨ ਪਾਣੀ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਹਮੇਸ਼ਾ ਆਪਣੇ ਆਲੇ ਦੁਆਲੇ ਦੀਆਂ ਚੰਗੀਆਂ ਮਾੜੀਆਂ ਤਰੰਗਾਂ ਗ੍ਰਹਿਣ ਕਰਦੇ ਰਹਿੰਦੇ ਹਨ ਅੰਗਰੇਜ਼ੀ 'ਚ ਇਹਨੂੰ ਚੰਗੀਆਂ ਜਾਂ ਮਾੜੀਆਂ ਵਾਈਬ੍ਰੇਸ਼ਨਸ ਕਿਹਾ ਜਾਂਦਾ ਹੈ ਜੇ ਤਰੰਗਾਂ ਮਾੜੀਆਂ ਹੋਣ ਭਾਵ ਨਕਾਰਾਤਮਕ ਹੋਣ ਤਾਂ ਭੋਜਨ ਵਿੱਚਲੀ ਊਰਜਾ ਵੀ ਨਕਾਰਾਤਮਕ ਹੋ ਜਾਂਦੀ ਹੈ ਇਹਨੂੰ ਖਾਣ ਵਾਲਾ ਇੱਕ ਤਰ੍ਹਾਂ ਨਕਾਰਾਤਮਕ ਊਰਜਾ ਗ੍ਰਹਿਣ ਕਰਦਾ ਹੈ ਉਦਾਹਰਨ ਦੇ ਤੌਰ ਤੇ ਮੰਨ ਲਓ ਇਸ ਭੋਜਨ ਨੂੰ ਬਣਾਉਣ ਵਾਲਾ ਰਸੋਈਆ ਇਹਨੂੰ ਬਣਾਉਂਦੇ ਸਮੇਂ ਕੁਝ ਮਾੜਾ ਸੋਚ ਰਿਆ ਸੀ ਜਾਂ ਮਾੜਾ ਕਰ ਰਿਹਾ ਸੀ ਤਾਂ ਉਹਦੇ ਔਰੇ ਵਿੱਚ ਲੀਆਂ ਮਾੜੀਆਂ ਤਰੰਗਾਂ ਦਾ ਪ੍ਰਭਾਵ ਇਸ ਭੋਜਨ ਤੇ ਜ਼ਰੂਰ ਗਿਆ ਹੋਵੇਗਾ। ਇਦਾਂ ਹੀ ਇਹਨੂੰ ਪਰੋਸਣ ਵਾਲੇ ਬਹਿਰੇ ਨੇ ਪਤਾ ਨਹੀਂ ਕਿਹੋ ਜੀਆਂ ਤਰੰਗਾਂ ਨਾਲ ਇਹਨੂੰ ਸਰਵ ਕੀਤਾ ਹੋਵੇਗਾ। ਇਸ ਭੋਜਨ ਚੋਂ ਸਾਰੀ ਨੈਗੇਟਿਵਿਟੀ ਕੱਢਣ ਲਈ ਇਹਨੂੰ ਖਾਣ ਤੋਂ ਪਹਿਲਾਂ ਸਕਾਰਾਤਮਕ ਤਰੰਗਾਂ ਦੀ ਛੋਹ ਜ਼ਰੂਰੀ ਹੁੰਦੀ ਹੈ ਤਾਂ ਕਿ ਨਕਾਰਾਤਮਕ ਤਰੰਗਾਂ ਦਾ ਪ੍ਰਭਾਵ ਖਤਮ ਕੀਤਾ ਜਾ ਸਕੇ। ਪਰਮਾਤਮਾ ਦੇ ਨਾਮ ਨਾਲੋਂ ਸਕਾਰਾਤਮਕ ਇਸ ਦੁਨੀਆ 'ਚ ਹੋਰ ਕੁਝ ਨਹੀਂ। ਉਹਦਾ ਨਾਮ ਲੈ ਕੇ ਖਾਧਾ ਭੋਜਨ ਅੰਮ੍ਰਿਤ ਬਣ ਜਾਂਦਾ ਹੈ। ਰੋਗਾਂ ਲਈ ਦਵਾਈ ਹੋ ਨਿਪਟਦਾ ਹੈ। ਆਂਟੀ ਨੇ ਵਿਸਥਾਰ ਨਾਲ ਸਮਝਾਇਆ। ਠੀਕ ਠੀਕ। ਇਹਨੂੰ ਸ਼ਾਇਦ ਆਪਾਂ ਨਜ਼ਰ ਲੱਗਣਾ ਵੀ ਆਖਦੇ ਹੀ ਦੇ ਦੀਪੇ ਨੇ ਸਵਾਲ ਕੀਤਾ। ਤੁਸੀਂ ਬਿਲਕੁਲ ਸਹੀ ਸਮਝੇ ਬੇਟਾ। ਨਜ਼ਰ ਲੱਗਣਾ ਵੀ ਇੱਕ ਤਰ੍ਹਾਂ ਮਾੜੀਆਂ ਤਰੰਗਾਂ ਦੇ ਪ੍ਰਭਾਵ 'ਚ ਠਾਣ ਨੂੰ ਹੀ ਕਿਹਾ ਜਾਂਦਾ ਹੈ। ਗੁਰਬਾਣੀ ਕਹਿੰਦੀ ਹੈ ਸਰਬ ਰੋਗਾਂ ਔਖਦ ਨਾਮ ਇਸ ਲਈ ਹਰ ਕੰਮ ਕਰਨ ਤੋਂ ਪਹਿਲਾਂ ਪਰਮਾਤਮਾ ਦੇ ਨਾਮ ਦਾ ਓਟ ਆਸਰਾ ਲੈਣਾ ਜ਼ਰੂਰੀ ਹੈ ਇਸ ਨਾਲ ਸਾਰੇ ਮਾੜੇ ਪ੍ਰਭਾਵ ਖਤਮ ਹੋ ਜਾਂਦੇ ਐ ਤੇ ਕੰਮ ਸਹੀ ਤਰੀਕੇ ਨਾਲ ਨਿਪਰੇ ਚੜ ਜਾਂਦਾ ਆਂ ਅੰਟੀ ਨੇ ਦੀਪੇ ਦੀਆਂ ਅੱਖਾਂ 'ਚ ਦੇਖਦੇ ਆਂ ਕਿਆ ਇਸ ਵਿੱਚੋਂ ਆਪੋ ਆਪਣਾ ਭੋਜਨ ਕਰਨ ਲੱਗ ਪਏ ਖਾਂਦਿਆਂ ਹੋਿਆਂ ਦੀਪਾ ਸੋਚ ਰਿਹਾ ਸੀ ਕਿ ਆਂਟੀ ਦੀਆਂ ਗੱਲਾਂ 'ਚ ਸੱਚੀ ਬਹੁਤ ਦਮ ਹੈ ਕਈ ਵਾਰ ਸਾਨੂੰ ਅਚਾਨਕ ਬੜੇ ਗਿਆਨਵਾਨ ਲੋਕ ਟੱਕਰ ਜਾਂਦੇ ਐ ਜੋ ਸਾਡੀ ਸੋਚ ਨੂੰ ਸਹੀ ਦਿਸ਼ਾ ਦੇ ਜਾਂਦੇ ਐ ਅਸਲ 'ਚ ਭੋਜਨ ਖਾਣ ਤੋਂ ਪਹਿਲਾਂ ਲੋਕਾਂ ਦਾ ਮੂੰਹ 'ਚ ਕੁਝ ਪੜਨਾ ਦੀਪੇ ਨੂੰ ਹਮੇਸ਼ਾ ਇੱਕ ਪਖੰਡ ਹੀ ਲੱਗਦਾ ਰਿਹਾ ਸੀ ਪਰ ਅੱਜ ਆਂਟੀ ਨੇ ਉਹਦੀ ਸੋਚ ਹੀ ਬਦਲ ਦਿੱਤੀ ਖਾਣ ਪੀਣ ਮਗਰੋਂ ਦੀਪੇ ਨੇ ਐਸ.ਟੀ.ਡੀ ਤੋਂ ਨਿੰਮੀ ਦੇ ਫੋਨ ਤੇ ਫੋਨ ਕਰਕੇ ਦੱਸਿਆ ਕਿ ਉਹ ਸਾਢੇ 3 ਘੰਟੇ ਤੱਕ ਜਲੰਧਰ ਪਹੁੰਚ ਜਾਏਗਾ ਬਸ ਇੱਕ ਇੱਕ ਕੱਪ ਚਾਹ ਦਾ ਪੀ ਕੇ ਉਹ ਦੁਬਾਰਾ ਬੱਸ 'ਚ ਜਾ ਬੈਠੇ ਬਸ ਤੁਰੰਤੋਂ ਪਹਿਲਾਂ ਮੁਕੰਦਵੀ ਆਪਣੀ ਸੀਟ ਤੇ ਆ ਬੈਠਾ ਉਹਨੂੰ ਦੇਖ ਕੇ ਦੀਪੇ ਨੇ ਪੁੱਛ ਲਿਆ ਤੁਸੀਂ ਕੁਝ ਛਕਿਆ ਨਹੀਂ ਕਿੱਥੇ ਚਲੇ ਗਏ ਸੀ ਉਹ ਹਰਦੀਪੇ ਭਾ ਆਪਾਂ ਆਪਣੇ ਕੰਮ ਦੀ ਚੀਜ਼ ਛਕ ਲਈ ਇੱਕ ਬਹਿਰੇ ਨੂੰ ਲਾਲਚ ਲੂਲਚ ਦੇ ਕੇ ਕਾਲੀ ਨਾਗਣੀ ਲੈ ਲਈ ਮੈਨੂੰ ਪਤਾ ਸੀ ਵੀ ਉਹਨਾਂ ਕੋਲ ਹੁੰਦੀ ਆ ਇਹ ਡਰਾਈਵਰਾਂ ਨੂੰ ਦੇਣ ਖਾਤਰ ਜ਼ਰੂਰ ਰੱਖਦੇ ਆ ਕੋਲ ਬਹੁਤ ਖਰਾ ਮਾਲ ਰੱਖਦਾ ਪਤੰਦਰ ਹੁਣ ਤਾਂ ਮੁਕੰਦਾ ਪੂਰੇ ਕੰਡੇ ਚਾ ਮਿੱਤਰਾ ਸੱਚ ਤੂੰ ਆਂਟੀ ਕੋਲੋਂ ਕਿਹੜੇ ਉਪਦੇਸ਼ ਸੁਣਨ ਲੱਗਿਆ ਹੋਇਆ ਸੀ ਮਕੰਦੇ ਨੇ ਆਪਣੀ ਆਵਾਜ਼ ਥੋੜੀ ਧੀਮੀ ਕਰਦੇ ਹੋਏ ਪੁੱਛਿਆ ਦੀਪੇ ਨੇ ਇਹਦਾ ਜਵਾਬ ਦੇਣ ਦੀ ਬਜਾਏ ਹੱਸ ਕੇ ਦਿਖਾ ਦਿੱਤਾ ਮਕੰਦੇ ਉੱਤੇ ਅਫੀਮ ਦਾ ਨਸ਼ਾ ਤਾਰੀ ਹੋ ਚੁੱਕਾ ਸੀ ਆਪਣੀ ਉਂਗਲੀਆਂ 'ਚ ਪਾਈਆਂ ਹੋਈਆਂ ਸੋਨੇ ਦੀਆਂ ਮੁੰਦੀਆਂ ਘਮਾਉਂਦਾ ਹੋਇਆ ਬੜੇ ਜ਼ਰੂਰ ਨਾਲ ਸਿਰ ਹਿਲਾ ਰਿਹਾ ਸੀ ਤੇ ਨਾਲੋ-ਨਾਲ ਮੂੰਹ 'ਚ ਕੁਝ ਗੁੰਗੁਣਾ ਰਿਹਾ ਸੀ ਦੀਪੇ ਦਾ ਧਿਆਨ ਉਹਦੀਆਂ ਮੁੰਦੀਆਂ ਵੱਲ ਗਿਆ ਪਹਿਲੀ ਵਾਰ ਧਿਆਨ ਨਾਲ ਉਹਦਾ ਹੁਲੀਆ ਦੇਖਣ ਤੇ ਦੀਪੇ ਨੂੰ ਲੱਗਾ ਮਕੰਦੇ ਦੇ ਜ਼ਰੂਰਤ ਨਾਲੋਂ ਜ਼ਿਆਦਾ ਹੀ ਸੋਨਾ ਪਾਇਆ ਹੋਇਆ ਹੈ ਗਲ ਵਿੱਚ ਸੋਨੇ ਦੀ ਮੋਟੀ 체ਨ ਗੁੱਟ ਤੇ ਇੱਕ ਭਾਰਾ ਬ੍ਰੇਸਲੇਟ ਚਮਕ ਰਿਹਾ ਸੀ। ਤੁਸੀਂ ਤਾਂ ਕਹਿੰਦੇ ਸੀ ਵੀ ਤੁਸੀਂ 3 ਸਾਲਾਂ ਚ ਕੰਮ ਨਹੀਂ ਕੀਤਾ ਤੇ ਪੈਸੇ ਉਧਾਰੇ ਫੜਕੇ guzara ਕੀਤਾ। ਫੇਰ ਇਹਨਾਂ ਸੋਨਾ ਕਿੱਥੋਂ ਖਰੀਦ ਲਿਆ? ਦੀਪੇ ਨੇ ਨਾਂ ਚਾਉਂਦੀਆਂ ਹੀ ਪੁੱਛ ਲਿਆ। ਹਾ 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 ਉਹ ਹਰਦੀਪੇ ਪਾ ਕੋਈ ਤਾਂ ਜੁਗਾਰ ਲਾਉਣਾ ਹੀ ਪੈਂਦਾ ਹੈ। ਮੇਰੇ ਯਾਰ ਕਹਿੰਦੇ ਹੁੰਦੇ ਸਾਡਾ ਯਾਰ ਮੁਕੰੰਦਾ ਬਾळा ਚਾਲੂ ਬੰਦਾ। ਚਲ ਹੁਣ ਤੈਨੂੰ ਦੱਸ ਹੀ ਦਿਨਾ ਵੀ ਮੈਂ ਕੈਨੇਡਾ ਦੀਆਂ ਕਈ ਕ੍ਰੈਡਿਟ ਕਾਰਡ ਵਾਲੀਆਂ ਕੰਪਨੀਆਂ ਨੂੰ ਵਾਵਾ ਚੂਨਾ ਲਾ ਕੇ ਆਇਆ ਮੇਰੇ ਕੋਲ ਤਿੰਨ ਕ੍ਰੈਡਿਟ ਕਾਰਡ ਸੀ ਤਿੰਨਾਂ ਦੀ 10-10 ਹਜ਼ਾਰ ਡਾਲਰ ਲਿਮਿਟ ਸੀ ਇਦਾਂ ਫਿਰ ਆਪਾਂ 30 ਹਜ਼ਾਰ ਦੀ ਸ਼ਾਪਿੰਗ ਕੀਤੀ ਕੁਝ ਸੋਨਾ ਖਰੀਦ ਕੇ ਗਾਂ ਵੇਚ ਦਿੱਤਾ ਬਾਕੀ ਆ ਕੋਲ ਲੈ ਆਂਦਾ ਵੀ ਲੋਕਾਂ ਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਵੀ ਮੁਕੰਦਾ ਕੈਨੇਡਾ ਤੋਂ ਆਇਆ ਹੈ ਮੁਕੰਦੇ ਨੇ ਹੁਬ ਹੁਬ ਕੇ ਦੱਸਿਆ ਨਾ ਜੇ ਉਹ ਕ੍ਰੈਡਿਟ ਕਾਰਡਾਂ ਵਾਲਿਆਂ ਨੇ ਤੁਹਾਨੂੰ ਲੱਭ ਕੇ ਗਲੋਆਂ ਫੜਿਆ ਫਿਰ ਲੈ ਉਹ ਕਿੱਦਾਂ ਲੱਭ ਲੈਣਗੇ ਕਾਰਡਾ ਉੱਤੇ ਮੇਰਾ ਐਡਰੈਸ ਬ੍ਰਮਟਨ ਦਾ ਹਾਊਸ ਕਰਦਾ ਸੀ ਜਿੱਥੇ ਮੈਂ ਕਿਰਾਏ ਤੇ ਰਹਿੰਦਾ ਸੀ ਇੰਡੀਆ ਦਾ ਕੋਈ ਐਡਰੈਸ ਨਹੀਂ ਦਿੰਦਾ ਆਪਾਂ ਕਿਸੇ ਨੂੰ ਆਪੇ ਲੱਭ ਲੁਭ ਕੇ ਹਟ ਜਾਣਗੇ ਮੁਕੰਦ ਨੇ ਲਾਪਰਵਾਹੀ ਜਿਹੀ ਨਾਲ ਕਿਹਾ ਦੀਪਾ ਸੋਚ ਰਿਹਾ ਸੀ ਕਿ ਬੰਦਾ ਬੁਰਾਈਆਂ ਦਾ ਇੱਕ ਢੇਰ ਹੈ ਇਹੋ ਜਿਹੇ ਬੰਦੇ ਸਮਾਜ ਤੇ ਬੋਝ ਹੁੰਦੇ ਆ ਇਹਨਾਂ ਦਾ ਆਪਣਾ ਜੀਵਨ ਤਾਂ ਨਰਕ ਹੁੰਦਾ ਹੀ ਹੈ ਉਤੋਂ ਨਾਲਦਿਆਂ ਦੀ ਜ਼ਿੰਦਗੀ ਵੀ ਨਰਕ ਬਣਾਈ ਰੱਖਦੇ ਠੱਗੀ ਦੇ ਪੈਸਿਆਂ ਨਾਲ ਅਫੀਮ ਦੀ ਗੋਲੀ ਚੱਕ ਕੇ ਮੁਕੰਦਾ ਕੁਹਾੜੇ ਮਾਰ ਰਿਹਾ ਸੀ ਤੇ ਦੀਪੇ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕੋਈ ਉਹਦੇ ਨੇੜੇ ਨੈਗੇਟਿਵ એનર્ਜੀ ਦੀ ਪੰਡ ਰੱਖਿਆ ਹੋਵੇ ਦੀਪਾ ਜਲੰਦਰ ਉਤਰਿਆ ਆਲੇ ਦੁਆਲੇ ਝਾਕਣ ਲੱਗਾ ਉਹਨੂੰ ਉਮੀਦ ਸੀ ਵੀ ਨਿਮੀ ਹੋਰਾਂ ਨੇ ਉਹਨੂੰ ਲੈਣ ਕਿਸੇ ਨਾ ਕਿਸੇ ਨੂੰ ਜ਼ਰੂਰ ਭੇਜਿਆ ਹੋਵੇਗਾ ਪਰ ਬਸ ੱਡੇ ਦੇ ਨੇੜੇ ਕੋਈ ਨਹੀਂ ਦਿਸ ਰਿਹਾ ਸੀ ਇੰਨੇ ਚਿਰ ਤੱਕ ਮੁਕੰਦੇ ਦੇ ਬਾਪ ਦੀ ਗੱਡੀ ਆ ਕੇ ਰੁਕੀ ਮੁਕੰਦਾ ਦੀਪੇ ਨਾਲ ਹੱਥ ਮਿਲਾ ਕੇ ਗੱਡੀ 'ਚ ਜਾ ਬੈਠਾ ਬਾਏ ਬਾਏ ਕਹਿੰਦਾ ਹੋਇਆ ਉੱਥੋਂ ਚਲਾ ਗਿਆ ਹੰਝ ਕੁ ਮਿੰਟ ਹੋਰ ਇੰਤਜ਼ਾਰ ਕਰਨ ਮਗਰੋਂ ਇੱਕ ਟਾਟਾ ਸਕੋਰਪਿਓ ਗੱਡੀ ਆ ਕੇ ਰੁਕੀ ਉਸ ਤੋਂ ਪ੍ਰਕਾਸ਼ ਕੌਰ ਤੇ ਨਿਮੀ ਉਤਰੀਆਂ ਰਸਮੀ ਮਿਲਣੀ ਤੋਂ ਬਾਅਦ ਦੀਪੇ ਦਾ ਸਮਾਨ ਗੱਡੀ 'ਚ ਰਖਾ ਕੇ ਉਹਨਾਂ ਨੇ ਗੱਡੀ ਜਲੰਧਰ ਦੇ ਕਮਲ ਪੈਲੇਸ ਵੱਲ ਤੋਰ ਲਈ ਰਸਤੇ 'ਚ ਨਿਮੀ ਨੇ ਦੀਪੇ ਨੂੰ ਫੋਨ ਦਾ ਨਵਾਂ SIM ਕਾਰਡ ਦਿੱਤਾ ਹੋਟਲ ਵਿੱਚ ਚੈੱਕ ਇਨ ਤੋਂ ਬਾਅਦ ਨਿਮੀ ਤੇ ਪ੍ਰਕਾਸ਼ ਕੌਰ ਦੋਵੇਂ ਦੀਪੇ ਦੇ ਨਾਲ ਉਹਦੇ ਕਮਰੇ 'ਚ ਆ ਗਈਆਂ ਸਮਾਨ ਰੱਖ ਕੇ ਪ੍ਰਕਾਸ਼ ਕੌਰ ਨੇ ਗੱਲ ਸ਼ੁਰੂ ਕੀਤੀ ਦੀਪੇ ਪੁੱਤ ਅੱਜ ਮੰਗਲਵਾਰ ਹੈ ਆਪਣਾ ਵਿਆਹ ਦਾ ਪ੍ਰੋਗਰਾਮ ਸ਼ੁੱਕਰਵਾਰ ਦਾ ਹੈ ਵਿਆਹ ਤੋਂ ਬਾਅਦ ਬਾਕੀ ਦੇ ਦੋ ਹਫ਼ਤੇ ਤੂੰ ਵੀ ਦਿয়ালਪੁਰੀ ਰਹਿ ਲਈ ਸਾਡੇ ਨਾਲ ਪਰ ਉਹਨਾਂ ਚਿਰ ਅਸੀਂ ਸੋਚਦੇ ਆਂ ਵੀ ਤੂੰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਹੀ ਰਹੇ ਦੀਪਾ ਜਾਣਦਾ ਸੀ ਵੀ ਮਾਵਾਂ ਧੀਆਂ ਨੇ ਇਸ ਨਕਲੀ ਵਿਆਹ ਦਾ ਸਾਰਾ ਤਾਣਾ ਪੇਟਾ ਪਹਿਲਾਂ ਹੀ ਹੋਣਿਆ ਹੋਇਆ ਹੈ ਫਿਰ ਵੀ ਉਤਸੁਕਤਾ ਵਾਸੋਂ ਨੇ ਪੁੱਛ ਲਿਆ ਮੰਮੀ ਜੀ ਵਿਆਹ ਦੇ ਸੌ ਆੜ ਪੌੜ ਹੁੰਦੇ ਆ ਕੌਣ ਕਰ ਰਿਹਾ ਸਾਰਾ ਕੁਝ ਨਾਲੇ ਇਹੋ ਜੇ ਕੰਮ ਕਿੱਥੋਂ ਲੁਕਦੇ ਆ ਪੁੱਤ ਅੱਜਕੱਲੇ ਇੱਥੇ ਲੋਕਾਂ ਦੇ ਲੋਕਾਂ ਨੇ ਵਿਆਹ ਸ਼ਾਦੀਆਂ ਕਰਾਉਣ ਦੇ ਕਾਰੋਬਾਰ ਖੋਲੇ ਹੋਏ ਆ। ਆਪਣੇ ਵਿਆਹ ਦੀ ਜ਼ਿੰਮੇਵਾਰੀ ਪਾਰਟੀਆ ਇਵੈਂਟ ਮੈਨੇਜਮੈਂਟ ਵਾਲਿਆਂ ਨੇ ਲਈ ਆ। ਆਪਾਂ ਤਾਂ ਸਿਰਫ ਉੱਥੇ ਪਹੁੰਚਣਾ ਹੀ ਆ। ਦਿয়ালਪੁਰੋ ਕੁਝ ਲੋਕਾਂ ਨੂੰ ਨਾਲ ਲੈ ਚੱਲਾਂਗੇ। ਉੱਥੋਂ ਦੇ ਲੋਕਾਂ ਨੂੰ ਕੀ ਪਤਾ ਵੀ ਵਿਆਹ ਅਸਲੀ ਆ ਜਾਂ ਨਕਲੀ। ਬਾਕੀ ਸਾਰਾ ਬੰਦੋਬਸਤ ਪਾਰਟੀਏ ਨਹੀਂ ਕਰਨਾ। ਆਪਾਂ ਤਾਂ ਓਕੇ-ਪੁਕੇ ਪੈਸੇ ਹੀ ਦੇਣੇ ਆ। ਪ੍ਰਕਾਸ਼ ਕਰਨੇ ਸਾਰਾ ਕਿੱਸਾ ਬਿਆਨਣਾ। ਵਿਆਹ ਤੋਂ ਬਾਅਦ ਤਾਂ ਮੈਂ ਮਾਦੋਵਾਲੀ ਚੱਲਿਆ ਜਾਵਾਂ, 2 ਹਫ਼ਤੇ ਉੱਥੇ ਰਹਿ ਲਵਾਂ। ਦੀਪੇ ਨੇ ਆਪਣੀ ਮਨਸ਼ਾ ਜ਼ਾਹਰ ਕੀਤੀ ਨਹੀਂ ਤੀਸਰਾ ਹਫਤਾ ਤੁਸੀਂ ਆਪਣੇ ਪਿੰਡ ਰਹਿ ਲਿਓ ਲੋਕ ਦਿਖਾਵੇ ਲਈ ਇੱਕ ਹਫਤਾ ਤਾਂ ਤੁਹਾਨੂੰ ਮੇਰੇ ਨਾਲ ਹੀ ਰਹਿਣਾ ਪਊ ਇਸ ਵਾਰ ਨਿੰਮੀ ਨੇ ਜਵਾਬ ਦਿੱਤਾ ਚਲੋ ਠੀਕ ਆ ਹੁਣ ਅਗਲੇ 2 ਦਿਨ ਤਾਂ ਮੈਂ ਇਸ ਕਮਰੇ 'ਚ ਹੀ ਰਹੂੰ ਹੋਰ ਨਾ ਐਵੇਂ ਕੋਈ ਵੀ ਰੇਰਗਾ ਟੈਕਸੀ ਡਰਾਈਵਰ ਜਾਂ ਫਿਰ ਕੋਈ ਹੋਰ ਪਿੰਡੋਂ ਆਉਣ ਜਾਣ ਵਾਲਾ ਬੰਦਾ ਮੈਨੂੰ ਵੇਖ ਲਵੇ ਦੀਪੇ ਨੇ ਆਪਣੇ ਆਪ ਨਾਲ ਗੱਲ ਕਰਨ ਵਾਂਗ ਕਿਹਾ ਹਾਂਜੀ ਥੋੜਾ ਬਚ ਕੇ ਹੀ ਰਹਿਣਾ ਪਊ ਉਦਾਂ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਮੈਨੂੰ ਫੋਨ ਕਰ ਦਿਓ ਜੇ ਤੁਸੀਂ ਚਾਹੋ ਤਾਂ ਮੈਂ ਰੋਜ਼ ਤੁਹਾਨੂੰ ਘਰ ਦਾ ਬਣਿਆ ਰੋਟੀ ਪਾਣੀ ਫੜਾ ਜਾਇਆ ਕਰੂੰਨੀ ਮੀਨੇ ਦੀਪੇ ਨੂੰ ਸੁਲਾ ਮਾਰੀ ਨਹੀਂ ਮੈਂ ਕਿਤੇ ਉਹ ਨਾ ਕਿਤੇ ਆਪੇ ਆਰਡਰ ਕਰ ਲਿਆ ਕਰਨਾ ਦੋ ਦਿਨਾਂ ਦੀ ਤਾਂ ਸਾਰੀ ਗੱਲ ਹੈ ਤੁਸੀਂ ਮੇਰੀ ਚਿੰਤਾ ਨਾ ਕਰੋ ਤੇ ਜਾਓ ਹੁਣ ਘਰ ਨੂੰ ਕੋਈ ਵੀ ਗੱਲ ਹੋਵੇ ਮੈਨੂੰ ਫੋਨ ਕਰਕੇ ਦੱਸਿਓ ਦੀਪੇ ਨੇ ਗੱਲ ਮੁਕਾਉਂਦਿਆਂ ਕਿ ਆ ਇਸ ਵਿੱਚੋਂ ਨਮੀਕ ਬੈਗ ਦੀਪੇ ਨੂੰ ਫੜਾਉਂਦੇ ਆ ਬੋਲੀ ਆ ਬੈਗ ਰੱਖ ਲਓ ਇਸ 'ਚ ਤੁਹਾਡੇ ਲਈ ਅਚਕਨ ਪਜਾਮੀ ਉਹ ਨਾ ਵੀ ਪੱਗ ਹੈ ਇੱਕ ਜੋੜਾ ਪੰਜਾਬੀ ਜੁੱਤੀ ਦਾ ਵੀ ਹੈ ਸਾਰਾ ਕੁਝ ਪਾ ਕੇ ਚੈੱਕ ਕਰ ਲਿਓ ਉਦਾਂ ਤਾਂ ਸਾਰਾ ਕੁਝ ਮੈਂ ਲਾਲੀ ਕੋਲੋਂ ਤੁਹਾਡਾ ਮੇਚਾ ਪੁੱਛ ਕੇ ਤਿਆਰ ਕਰਾਇਆ ਫਿਰ ਵੀ ਤੁਸੀਂ ਦੇਖ ਲਿਓ ਜੇ ਕੁਝ ਠੀਕ ਕਰਾਉਣ ਵਾਲਾ ਹੋਇਆ ਤਾਂ ਆਪਣੇ ਕੋਲ 2 ਦਿਨ ਹੈਗੇ ਇਸ ਪਿਛੋ ਦੀਪੇ ਨੇ ਉਹ ਬੈਗ ਫੜ ਕੇ ਕੋਲ ਰੱਖ ਲਿਆ ਤੇ ਦੋਵਾਂ ਮਾਵਾਂ ਧੀਆਂ ਨੂੰ ਸੱਸੀ ਕਾਲ ਬੁਲਾ ਕੇ ਵਿਦਾ ਕਰ ਦਿੱਤਾ ਅਗਲੇ 2 ਦਿਨ ਸ਼ਾਮ ਸਵੇਰੇ ਤਾਂ ਦੀਪਾ ਲਾਲੀ ਨੂੰ ਫੋਨ ਕਰਕੇ ਵਕਤ ਲਗਾਉਂਦਾ ਰਿਹਾ ਦਨੇ ਟੀਵੀ ਤੇ ਫਿਲਮਾਂ ਵਗੈਰਾ ਦੇਖਦਾ ਰਿਹਾ ਇਸ ਦੌਰਾਨ ਤਿੰਨ ਚਾਰ ਵਾਰ ਨਿੰਮੀ ਨੇ ਵੀ ਫੋਨ ਤੇ ਦੀਪੇ ਦੀ ਵਾਈ ਢਾਈ ਲਈ ਉਦੋਂ ਮਾਵਾਂ ਧੀਆਂ ਵਿਆਹ ਦੀਆਂ ਤਿਆਰੀਆਂ ਚ ਲੱਗੀਆਂ ਹੋਈਆਂ ਸਨ ਵੀਰਵਾਰ ਸ਼ਾਮੀ ਨਿੰਮੀ ਨੇ ਦੀਪੇ ਨੂੰ ਅਗਲੇ ਦਿਨ ਸਵੇਰੇ 7:30 ਵਜੇ ਤਿਆਰ ਰਹਿਣ ਲਈ ਆਖ ਦਿੱਤਾ ਤੇ ਇਹ ਦੱਸਿਆ ਕਿ ਪਟਿਆ ਸਾਹਿਬ ਦੇ ਬੰਦੇ ਆ ਕੇ ਉਹਨੂੰ ਲੈ ਜਾਣਗੇ ਧੰਨਵਾਦ ਚਲਦਾ